तो बाद आए दर्द जी प्रिंट मीडिया इलेक्ट्रॉनिक मीडिया से जिन्हें भी सज्जन मित्र मेल फीमेल बड़े छोटे जिन्हें भी आए सारे साडे वालों सारी टीम वालों आसीस की टीम वालों आदर सत्कार प्यार भरी सत श्री अकाल स्वागत होना चाहिए। असं तो अपने लालच न आए अपनी गर्ज नए थोड़े तक असि तो अपना काम प्रमोट करना आए हैं तुम उस प्रमोट करना इसलिए थोड़ा स्वागत करते हैं जिन्ना थैंक यू किया जाए घट फिल्म बारे सारे सज्जणा ने तुहानू दसदा है आसीस है बाई जून आनी है किस तरह का है सोशल ड्रामा तुहाडे कोई सवाल होण सवालों के मेरिया गल्लां क्लीयर होंदिया जाणगियां तुसी कोई सवाल कर सकते हो आप टाइम की भी बचत करिए तुहाडे दी तुसी होर बहुत अगे जाके कवरेज करनी होंदी है तो जो कोई सवाल है तुसी साडे नाल साझा कर सकते हो। फिल्म दा नाम भी पता लग रहा है कि कोई एवं कंसैप्ट है लास्ट गल कही है आम कहानी है आम कहानियां वाल असीं घट झाकदे आं इतिहास वाल ज्यादा झाकदे आं जिहड़ी बहुत वड्डी खबर बनदी है उहदे वाल झाकदे आं ਜਾਂ ਅਸੀਂ ਉਹ ਕਹਾਣੀ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਸਿਨੇਮੇ ਦੇ ਵਿੱਚ ਜਿਹੜੀ ਸਾਡੇ ਆਸੇ ਪਾਸੇ ਵਾਪਰਦੀ ਨਹੀਂ ਹੁੰਦੀ ਅਸੀਂ ਆਪਣੇ ਮਨ ਘੜਤ ਕਹਾਣੀ ਘੜ ਲੈਂਦੇ ਹਾਂ ਇਹ ਕਈ ਘਟਨਾਵਾਂ ਆਸੇ ਪਾਸੇ ਵੇਖੀਆਂ ਪਰਖੀਆਂ ਹੋਈਆਂ ਤੇ ਹੰਢਾਈਆਂ ਹੋਈਆਂ ਨੇ ਉਹਨਾਂ ਦਾ ਰਲਗੱਟ ਹੈ ਇੱਕ ਕਹਾਣੀ ਬਣਾਈ ਇਹ ਕਹਾਣੀ ਅਸੀਂ ਅਕਸਰ ਦੇਖਦੇ ਹਾਂ ਪਰ ਇਹਨਾਂ ਨੂੰ ਇੰਪੋਰਟੈਂਸ ਨਹੀਂ ਦਿੰਦੇ ਅਸੀਂ ਇਗਨੋਰ ਕਰ ਦਿੰਦੇ ਵੀ ਤਾਂ ਹੁੰਦਾ ਹੀ ਹੈ ਪਰ ਅਸੀਂ ਇਹ ਫਿਲਮ ਰਾਹੀਂ ਦੱਸੇ ਵੀ ਹੋਣਾ ਨਹੀਂ ਚਾਹੀਦਾ ਸੋ ਇੱਕ ਆਮ ਕਹਾਣੀ ਹੈ ਤੁਹਾਨੂੰ ਸਾਰੇ ਕਰੈਕਟਰ ਆਮ ਲੱਗਣਗੇ ਇਹਦੀ ਬਣਤਰ ਤੁਹਾਨੂੰ ਸਧਾਰਨ ਲੱਗੇਗੀ ਸਾਦਗੀ ਵਾਲੀ ਲੱਗੇਗੀ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਕੋਈ ਬਹੁਤ ਜ਼ਿਆਦਾ ਕੁਝ ਸਿੱਧ ਕੀਤਾ ਗਿਆ ਜਿਹੋ ਜਿਹਾ ਪੰਜਾਬ ਦੀਆਂ ਗਲੀਆਂ ਪਿੰਡ ਦੇਖਦੇ ਨੇ ਜਿਹੋ ਜਿਹੇ ਲੋਕ ਦੇਖਦੇ ਨੇ ਉਹੋ ਜਿਹੇ ਸਾਡੇ ਐਕਟਰ ਉਹੋ ਜਿਹੇ ਕਰੈਕਟਰ ਤੁਹਾਨੂੰ ਦੇਖਣਗੇ ਇਹ ਰਿਸ਼ਤਿਆਂ ਦੀ ਕਹਾਣੀ ਹੈ ਮੈਨੂੰ ਤਾਂ ਮਾਂ ਦੇ ਪੁੱਤ ਦਾ ਜ਼ਰੂਰ ਹੈ ਕਿ ਮਾਂ ਨੂੰ ਸਾਰੇ ਲਾਡਲੇ ਹੁੰਦੇ ਆ ਪਰ ਮਾਂ ਕਿਸੇ ਕਿਸੇ ਨੂੰ ਲਾਡਲੀ ਹੁੰਦੀ ਇੱਕ ਤਾਂ ਇਹਦੇ ਵਿੱਚ ਹੈ ਦੂਜਾ ਹੈ ਕਿ ਜੋ ਆਪ ਸੋਨਾ ਹੁੰਦਾ ਉਹਨੂੰ ਗਹਿਣਿਆਂ ਦੀ ਲੋੜ ਨਹੀਂ ਹੁੰਦੀ ਇਹ ਸਾਡੀ ਟੈਗ ਲਾਈਨ ਵੀ ਹੈ ਫਿਲਮ ਦੇ ਵਿੱਚ ਡਾਇਲੌਗ ਵੀ ਹੈ ਇਹਦੇ ਰਾਹੀਂ ਅਸੀਂ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਸਮਝ ਆ ਜਾਵੇ ਜੋ ਆਪ ਸੋਨਾ ਹੁੰਦਾ ਉਹਨੂੰ ਗਹਿਣਿਆਂ ਦੀ ਲੋੜ ਨਹੀਂ ਹੁੰਦੀ ਭੈਣ ਭਾਈ ਦੇ ਰਿਸ਼ਤੇ ਦੀ ਗੱਲ ਹੈ ਆਸ਼ਿਕ ਮਸ਼ੂਕ ਦੇ ਰਿਸ਼ਤੇ ਦੀ ਗੱਲ ਹੈ ਵਿਗੜ ਦੇ ਰਿਸ਼ਤਿਆਂ ਦੀ ਗੱਲ ਹੈ ਲਾਲਚ ਦੀ ਗੱਲ ਹੈ ਵਿਸ਼ਵਾਸ ਦੀ ਗੱਲ ਹੈ ਗਰਜ ਦੀ ਗੱਲ ਹੈ ਘੋੜੇ ਭਣ ਦੀ ਗੱਲ ਹੈ ਇਸ ਫਿਲਮ ਦੇ ਵਿੱਚ ਇਹ ਫਿਲਮ ਜੋ ਤੁਸੀਂ ਆਪਣੇ ਬੱਚਿਆਂ ਨਾਲ ਦੇਖਣ ਜਾਓਗੇ ਖੁਦ ਵੀ ਔਰ ਮਾਂ ਬਾਪ ਨਾਲ ਦੇਖਣ ਜਾਓਗੇ ਇਹ ਫਿਲਮ ਤੋਂ ਬਾਅਦ ਮੈਂ ਇੰਨਾ ਜ਼ਰੂਰ ਕਰਦਾ ਕਿ ਫਿਲਮ ਪੈਸਾ ਪਤਾ ਨਹੀਂ ਕਿੰਨਾ ਕਮਾਏਗੀ ਹਾਂ ਇੰਨਾ ਕੁ ਸ਼ਾਬਾਸ਼ ਲੈ ਲੇਗੀ ਕਿ ਕਈ ਰੁੱਸੇ ਹੋਏ ਪੁੱਤਾਂ ਨੂੰ ਮਾਵਾਂ ਨਾਲ ਜੋੜ ਦੇਗੀ ਕਈ ਵਿਗੜੇ ਹੋਇਆਂ ਨੂੰ ਪੋਜ਼ਿਟਿਵ ਕਰ ਦੇਗੀ ਇੰਨਾ ਮੈਨੂੰ ਬਹੁਤ ਜ਼ਿਆਦਾ ਭਰੋਸਾ ਹੈ ਆਡੀਅੰਸ ਦੇ ਉੱਤੇ ਮੈਨੂੰ 1% ਵੀ ਸ਼ੱਕ ਨਹੀਂ ਹੈ ਕਿ ਪੰਜਾਬੀ ਲੋਕ ਚੰਗਾ ਸਿਨੇਮਾ ਪਸੰਦ ਨਹੀਂ ਕਰਦੇ ਪੰਜਾਬੀ ਲੋਕ ਜਾਂ ਕੋਈ ਵੀ ਆਡੀਅੰਸ ਚੰਗਾ ਸਿਨੇਮਾ ਹੀ ਦੇਖਦੀ ਹੈ ਪਰ ਚੰਗਾ ਪਰੋਸਿਆ ਘੱਟ ਜਾਂਦਾ ਚੰਗਾ ਮਿਲਦਾ ਘੱਟ ਆ ਸੁਣਨ ਨੂੰ ਵੀ ਚੰਗਾ ਘੱਟ ਮਿਲਦਾ ਫਿਰ ਉਹਨਾਂ ਨੇ ਤਾਂ ਕੁਛ ਨਾ ਕੁਛ ਦੇਖਣਾ ਹੀ ਹੈ ਕੁਛ ਨਾ ਕੁਛ ਸੁਣਨਾ ਹੀ ਹੈ ਜੇ ਸਾਰੀਆਂ ਮਾੜੀਆਂ ਫਿਲਮਾਂ ਚੱਲਦੀਆਂ ਹੋਣ ਤਾਂ ਸਾਰੀਆਂ ਫਿਲਮਾਂ ਹਿੱਟ ਹੋਣੀਆਂ ਚਾਹੀਦੀਆਂ ਨੇ ਫਿਲਮਾਂ ਤਾਂ 55 ਬਣਦੀਆਂ ਨੇ ਪੰਜਾਬ ਦੇ ਵਿੱਚ 42-54 ਕਦੇ 60-1 ਸਾਲ ਦੇ ਵਿੱਚ ਚੱਲਦੀਆਂ 3-4-5 ਨੇ ਇਹਦਾ ਮਤਲਬ ਚੰਗਾ ਹੀ ਚੱਲਦਾ ਸੋ ਲੋਕਾਂ ਦੇ ਕੋਈ ਸ਼ੱਕ ਨਹੀਂ ਅਸੀਂ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਮੇਰਾ ਡੈਬਿਊ ਹੈ ਪਹਿਲੀ ਫਿਲਮ ਮੈਂ ਡਾਇਰੈਕਟ ਕੀਤੀ ਹੈ ਇਸ ਤੋਂ ਪਹਿਲਾਂ ਮੈਂ 9 ਫਿਲਮਾਂ ਲਿਖ ਚੁੱਕੀ ਹਾਂ ਮੈਂ ਵੈਸੇ ਨਹੀਂ ਆ ਗਿਆ 17 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਐਕਟਿੰਗ ਕਰਦੇ ਨੂੰ ਪਹਿਲਾਂ ਥੀਏਟਰ ਕੀਤਾ ਨਾਟਕ ਵੀ ਡਾਇਰੈਕਟ ਕੀਤੇ ਨੇ ਚੰਗੇ ਡਾਇਰੈਕਟਰ ਦੀ ਸੰਗਤ ਰਹੀ ਹੈ ਚੰਗੇ ਡਾਇਰੈਕਟਰ ਲਈ ਲਿਖਣ ਦਾ ਮੌਕਾ ਮਿਲਿਆ ਲਿਖਦੇ ਹੋਏ ਲੱਗਿਆ ਕਿ ਡਾਇਰੈਕਸ਼ਨ ਵਿੱਚ ਜਾ ਸਕਦਾ ਸੋ ਤਿਆਰੀ ਨਾਲ 1.5 ਸਾਲ ਲੱਗਿਆ ਫਿਲਮ ਦੀ ਸਕ੍ਰਿਪਟ ਲਿਖਣ ਨੂੰ ਔਰ ਬੜੀ ਬਿਲਕੁਲ ਪ੍ਰੀ ਪ੍ਰੋਡਕਸ਼ਨ ਉੱਤੇ ਕੰਮ ਕਰਕੇ ਫਿਰ ਸਿਨੇਮਾ ਦੇ ਵਿੱਚ ਅਸੀਂ ਆਏ ਇਹਨੂੰ ਸ਼ੂਟ ਕੀਤਾ 22 ਜੂਨ ਨੂੰ ਸਿਨੇਮਾ ਘਰਾਂ ਵਿੱਚ ਆਲ ਓਵਰ ਵਰਲਡ ਇੱਕੋ ਹੀ ਦਿਨ ਰਿਲੀਜ਼ ਹੋਏਗੀ ਔਰ ਆਡੀਅੰਸ ਨੇ ਬਹੁਤ ਅੱਛਾ ਹੁੰਗਾਰਾ ਦਿੱਤਾ ਔਰ ਸਾਡੀ ਜਿਵੇਂ ਕੁਲਜਿੰਦਰ ਭਾਅ ਜੀ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਸਾਡੀਆਂ ਗੱਲਾਂ ਦੇ ਵਿੱਚ ਕਿੰਨੇ ਕੁ ਦੱਬ ਨੇ ਉਹ ਥੋੜ੍ਹਾ ਜਿਹਾ ਟ੍ਰੇਲਰ ਦੇਖ ਕੇ ਅੰਦਾਜ਼ਾ ਲਾ ਲਿਓ ਕਿੰਨਾ ਕੁ ਸੱਚ ਹੈ ਟ੍ਰੇਲਰ ਜ਼ਰੂਰ ਦੇਖ ਲਿਓ 2 ਮਿੰਟ 30 ਸਕਿੰਟ ਦਾ ਜਿਹੜਾ ਹੈਗਾ ਸਾਗਾ ਦੇ ਚੈਨਲ ਦੇ ਉੱਤੇ ਯੂਟਿਊਬ ਦੇ ਉੱਤੇ ਜੇ ਤੁਸੀਂ ਪਾਓਗੇ ਅਸੀਸ ਮੂਵੀ ਟ੍ਰੇਲਰ ਤਾਂ ਨਿਕਲ ਆਏਗਾ ਉਹ ਜ਼ਰੂਰ ਦੇਖ ਲਿਓ ਤੁਸੀਂ ਤਾਂ ਕਿ ਅਸੀਂ ਕਿੰਨਾ ਕੁ ਝੂਠ ਬੋਲਦਾ ਉਹ ਵੀ ਪਤਾ ਲੱਗ ਜਾਏਗਾ ਹਨਾ ਤੇ ਨਹੀਂ ਤਾਂ ਬੰਦਾ ਬਹੁਤ ਕੁਛ ਬੋਲਦਾ ਕੁਲਜਿੰਦਰ ਭਾਅ ਜੀ ਨੇ ਕਹਿ ਦਿੱਤਾ ਸੋ ਬਹੁਤ ਖੂਬਸੂਰਤ ਟੀਮ ਹੈ ਸਰਦਾਰ ਸੋਹੀ ਸਾਹਿਬ ਨੇ ਤੁਹਾਡੇ ਸ਼ਹਿਰ ਦਾ ਤੇਜਵੰਤ ਕਿੱਟੂ ਨੇ ਮਿਊਜ਼ਿਕ ਦਿੱਤਾ ਹੈ ਲਖਵਿੰਦਰ ਵਡਾਲੀ ਜੀ ਨੇ ਗਾਇਆ ਹੈ ਫਿਰੋਜ਼ ਖਾਨ ਹੋਰਾਂ ਨੇ ਗਾਇਆ ਹੈ ਕਮਰ ਗਰੇਵਾਲ ਹੋਰਾਂ ਨੇ ਗਾਇਆ ਹੈ ਗੁਰਲੇਜ ਦਾ ਕੁਲਵਿੰਦਰ ਕੈਲੀ ਨੇ ਗਾਇਆ ਹੈ ਪ੍ਰਦੀਪ ਸਰਾਂ ਦਾ ਇੱਕ ਮਾਂ ਦੇ ਉੱਤੇ ਗਾਣਾ ਹੈ ਲਿਖਣ ਵਾਲੇ ਨਵੇਂ ਮੁੰਡੇ ਨੇ ਗੇਦ ਰੌਂਤਾ ਇੱਕ ਅਮਰ ਕਵੀ ਕੁਝ ਗਾਣੇ ਮੈਂ ਲਿਖੇ ਹੈ ਸੋ ਤੁਹਾਨੂੰ ਗਾਣਾ ਸੁਣ ਕੇ ਵੀ ਸੁਆਦ ਆਊਗਾ
ਤੇ ਵੀ ਲੱਗੂਗਾ ਕਿ ਵੀ ਇਹ ਗਾਣੇ ਅਸੀਂ ਵੈਸੇ ਨਹੀਂ ਪਾਏ, ਸਾਡੇ ਗਾਣੇ ਨਾਲ ਫਿਲਮ ਦੀ ਕਹਾਣੀ ਅੱਗੇ ਦੱਸਦੀ ਹੈ। ਕਿਹਾ ਕਿ ਚੰਗਾ ਪਰੋਸਿਆ ਨਹੀਂ ਜਾਂਦਾ ਜੀ, ਕਿਹਦੀ ਜ਼ਿੰਮੇਵਾਰੀ ਬੋਲਦੇ ਹੋ? ਅਸੀਂ ਤਾਂ ਜਾ ਕੇ ਫਿਲਮ ਦੇਖਣੀ, ਆਮ ਦਰਸ਼ਕਾਂ ਨਾਲ ਜਾ ਕੇ ਜ਼ਿੰਮੇਵਾਰੀ, ਮੈਂ ਜਿੰਨੀ ਪੋਇਟਰੀ ਲਿਖੀ ਹੈ ਫੈਮਿਲੀ ਵਿੱਚ ਪੜ੍ਹੀ ਜਾ ਸਕਦੀ ਹੈ, ਮੈਂ ਜਿੰਨੇ ਨਾਟਕ ਕੀਤੇ ਨੇ ਫੈਮਿਲੀ ਵਿੱਚ ਬਹਿ ਕੇ ਦੇਖੇ ਜਾ ਸਕਦੇ ਨੇ, ਮੈਂ ਜਦੋਂ ਸਕੂਲਾਂ ਵਿੱਚ ਲੈਕਚਰ ਦਿੰਦਾ ਤਾਂ ਮੈਂ ਧੀਆਂ ਭੈਣਾਂ ਦੇ ਵਿੱਚ ਸਾਂਝਾ ਬਹਿ ਕੇ ਲੈਕਚਰ ਦਿੰਦਾ। ਮੈਂ ਪਿਛਲੇ 4 ਸਾਲ ਤੋਂ ਗਾਲ ਕੱਢਣ ਲਈ ਵੱਧ ਰਿਹਾ, ਇੱਕ ਜਿੰਨਾ ਕੁ ਮੇਰੀ ਜ਼ਮੀਨ ਹੈ, ਜਿੰਨੀ ਕੁ ਮੇਰੀ ਜ਼ਮੀਰ ਹੈ, ਜਿੰਨੀ ਕੁ ਮੈਨੂੰ ਅਕਲ ਹੈ, ਮੈਂ ਆਪਣੇ ਹਿਸਾਬ ਨਾਲ ਕੰਮ ਕਰਦਾ। ਮੈਨੂੰ ਮੇਰੇ ਮਾਂ ਬਾਪ ਨੇ ਜੋ ਸਿਖਾਇਆ, ਮੇਰੇ ਅਧਿਆਪਕਾਂ ਨੇ ਜੋ ਸਿਖਾਇਆ, ਮੈਂ ਉਹ ਕਰ ਰਿਹਾ, ਮੈਂ ਚੰਗਾ ਸਿੱਖਿਆ, ਮੈਂ ਚੰਗਾ ਹੀ ਕਰੂੰਗਾ। ਮੈਂ ਕਿਸੇ ਨੂੰ ਨਹੀਂ ਕਹਿ ਸਕਦਾ, ਚੰਗੇ ਮਾੜੇ ਦੀ ਪਹਿਚਾਣ ਲੋਕਾਂ ਨੇ ਕਰਨੀ ਹੈ, ਪਰ ਮੈਂ ਹੁਕਾ ਜ਼ਰੂਰ ਦਿੰਦਾ ਦੀਵਾ ਜਗਾਉਣ ਦੇ, ਮੈਨੂੰ ਤੂੰ ਹੋਕਾ ਲਾਉਣ ਦੇ, ਮੈਨੂੰ ਨਹੀਂ ਬਣ ਗੁੰਗੇ ਜੀ ਹੋਣਾ, ਤੂੰ ਰੌਲਾ ਪਾਉਣ ਦੇ ਮੈਨੂੰ, ਮੈਂ ਤਾਂ ਰੌਲਾ ਪਾਊਂਗਾ, ਚੰਗੇ ਦਾ ਰੌਲਾ ਪਾਊਂਗਾ, ਚੰਗਾ ਸੁਣਾਊਂਗਾ, ਲੋਕ ਵੇਖਣ ਨਾ ਜਾਣਾ ਵੇਖਣ, ਮੈਂ ਤਾਂ ਚੰਗਾ ਕਰਦਾ ਰਹੂੰਗਾ। ਦੂਜਿਆਂ ਨੂੰ ਤਾਂ ਹੀ ਰੀਸ ਆਊਗੀ ਜੇ ਚੰਗਾ ਕਬੂਲਿਆ ਜਾਊਗਾ, ਜੇ ਲੋਕ ਚੰਗੇ ਉੱਤੇ ਮੋਹਰ ਲਾਉਣਗੇ ਤਾਂ ਜਿਹੜੇ ਕੁਝ ਲੋਕ ਸੰਕੋਚ ਕਰ ਰਹੇ ਨੇ ਚੰਗਾ ਬਣਾਉਣ ਤੋਂ, ਉਹ ਅੱਗੇ ਆਉਣਗੇ। ਮੈਂ ਵੀ ਪਹਿਲਾਂ ਐਜ਼ ਐਨ ਐਕਟਰ, ਮੈਂ ਤਾਂ ਕਿਹਾ ਸੀ ਐਕਟਰ ਦੇ ਤੌਰ ਤੇ ਨਹੀਂ, ਐਕਟਰ ਨੇ ਰਸੋਈ ਚਲਾਉਣੀ ਹੁੰਦੀ ਹੈ, ਕਿਚਨ ਚਲਾਉਣੀ ਹੁੰਦੀ ਹੈ। ਮੈਂ ਐਕਟਰ ਦੇ ਤੌਰ ਤੇ ਕਈ ਐਕਟਰ ਇਹੋ ਜਿਹੇ ਕੀਤੇ ਜਿਹੜੇ ਮੈਂ ਨਹੀਂ ਕਰਨਾ ਚਾਹੁੰਦਾ ਸੀ, ਪਰ ਜੇ ਨਾ ਕਰਦਾ ਕੋਈ ਹੋਰ ਕਰਦਾ ਤੇ ਮੇਰੀ ਘਰ ਵਾਲੀ ਮੇਰੇ ਚੁੱਕੀਆਂ ਪੈਣੀਆਂ ਸੀ, ਮੇਰੇ ਬੱਚਿਆਂ ਦੀ ਪੜ੍ਹਾਈ ਰੁਕਣੀ ਸੀ, ਮੇਰੀ ਕਿਚਨ ਰੁਕਣੀ ਸੀ। ਜਦੋਂ ਮੇਰਾ ਘਰ ਬਣ ਗਿਆ, ਮੇਰੀ ਕਿਚਨ ਸਿਕਿਓਰ ਹੋ ਗਈ, ਜਦੋਂ ਮੇਰੇ ਬੱਚੇ ਚੰਗਾ ਪੜ੍ਹਨ ਲੱਗ ਗਏ, ਜਦੋਂ ਮੇਰੇ ਬੈਂਕ ਦੇ ਵਿੱਚ ਲੱਗਿਆ ਕਿ ਮੇਰੇ ਪੈਸੇ ਸਿਕਿਓਰ ਨੇ, ਜੇ ਮੈਂ ਕੱਲ੍ਹ ਨੂੰ ਬੈੱਡ ਤੇ ਵੀ ਪੈ ਜਾਂਦਾ ਤਾਂ ਮੈਂ ਆਪਣਾ ਰੁਜ਼ਗਾਰ ਚਲਾ ਸਕਦਾ, ਤਾਂ ਮੈਂ 1.5 ਸਾਲ ਤੋਂ ਕੰਮ ਸੋਚ ਕੇ ਕਰਨਾ ਸ਼ੁਰੂ ਕੀਤਾ ਕਿ ਫਿਲਮਾਂ ਦੇ ਵਿੱਚ ਹੁਣ ਮੈਂ ਕੰਮ ਆਪ ਆਪਣੀ ਮਰਜ਼ੀ ਨਾਲ ਕਰੂੰਗਾ। ਪੰਜਾਬ ਸੰਗਰੂਰ ਜ਼ਿਲ੍ਹਾ ਦਾ ਟਿੱਬਾ ਪਿੰਡ ਹੈ, ਟਿੱਬਾ ਸ਼ੇਰਪੁਰ ਤੇ ਕਾਤਰੋਂ ਦੇ ਵਿੱਚ ਕਮਾਈ ਗਈ ਹੈ। 19 ਦਿਨਾਂ ਦੇ ਵਿੱਚ ਫਿਲਮ ਅਸੀਂ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਬਜਟ ਕੰਟਰੋਲ ਹੋ ਸਕੇ। ਸਾਡੇ ਕੋਲ ਬਹੁਤ ਵੱਡਾ ਕੋਈ ਸਟਾਰ ਦਾ ਨਾਂ ਨਹੀਂ ਹੈ, ਸਾਡੇ ਕੋਲ ਉਨੇ ਪੈਸੇ ਵੀ ਨਹੀਂ ਸੀ ਉਹਨਾਂ ਦੇਣ ਨੂੰ, ਤੇ ਸਾਡੀ ਕਹਾਣੀ ਕਰੈਕਟਰ ਦੀ ਤੇ ਐਕਟਰਸ ਦੀ ਕਹਾਣੀ ਹੈ। 35 ਐਕਟਰ ਨੇ, ਸਰਦਾਰ ਸੋਹੀ ਸਾਹਿਬ ਨੇ, ਮੈਡਮ ਰੁਪਿੰਦਰ ਰੂਪੀ ਨੇ, ਸੀਮਾ ਕੌਸ਼ਲ ਨੇ, ਪੰਜਾਬ ਦੇ ਸਿਨੇਮੇ ਦੇ ਜਾਣੇ ਪਹਿਚਾਣੇ ਕਲਾਕਾਰ ਨੇ, 7 ਕਲਾਕਾਰ ਨਵੇਂ ਲਏ ਨੇ ਆਡੀਸ਼ਨ ਕਰਕੇ, ਔਰ 95% ਕਲਾਕਾਰ ਥੀਏਟਰ ਦੀ ਬੈਕਗ੍ਰਾਉਂਡ ਦੇ ਤੋਂ। ਪ੍ਰਿੰਟ ਨਹੀਂ ਰਿਲੀਜ਼ ਹੁੰਦੇ, ਅੱਜ ਕੱਲ ਹਾਰਡ ਡਰਾਈਵ ਜਾਂਦੀ ਹੈ, ਤੇ ਆਲ ਓਵਰ ਵਰਲਡ ਰਿਲੀਜ਼ ਹੋ ਰਹੀ ਹੈ, ਕਿੰਨੇ ਜਾ ਰਹੇ ਨੇ? ਪੰਜਾਬ ਦੇ ਵਿੱਚ 100 ਤੋਂ 110 ਸਿਨੇਮਿਆਂ ਦੇ ਵਿੱਚ ਇਹ ਲੱਗੂਗੀ, ਬਾਕੀ ਕੰਟਰੀਜ਼ ਵੀ ਲੱਗੂਗੀ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਇਹ ਸਾਰੇ ਕੰਟਰੀਜ਼ ਦੇ ਵਿੱਚ ਲੱਗੂਗੀ। ਮਾਂ ਲੈ ਕੇ ਜੰਮਿਆ ਸੀ ਉਹੀ ਵਿਆਹਿਆ ਸਦਾ ਲਈ, ਜਿਹੜਾ ਆਪ ਸੋਨਾ ਹੁੰਦਾ ਹੈ ਉਹਨੂੰ ਗਹਿਣਿਆਂ ਦੀ ਲੋੜ ਨਹੀਂ ਹੁੰਦੀ। ਧਰਮ ਸਿਰਫ ਧਾਰਮਿਕ ਸਥਾਨਾਂ ਤੇ ਮੱਥੇ ਟੇਕ ਨਹੀਂ ਮਿਲਦਾ, ਤੁਹਾਨੂੰ ਆਪਣਾ ਅੰਦਰ ਜਗਾਉਣ ਦੀ ਲੋੜ ਹੈ। ਹੋਰ ਬਹੁਤ ਅੱਛੇ ਡਾਇਲੋਗ ਨੇ ਇਹਦੇ ਵਿੱਚ, ਹੁਣ ਮੇਰੇ ਯਾਦ ਨਹੀਂ ਆ ਰਹੇ। ਤੇ ਹੈ ਸ਼ਕਤੀ ਮਾਂ ਤੇਰੀ ਸ਼ਮਾਵਾਂ ਹੈ ਭਗਤੀ, ਮਾਂ ਹੋਣਾ ਆਸਾਨ ਨਾ ਕੋਈ, ਉਹ ਮਾਂ ਹੋਣਾ ਆਸਾਨ ਨਾ ਕੋਈ, ਮਾਂ ਤੋਂ ਵੱਧ ਮਹਾਨ ਨਾ ਕੋਈ, ਮਿੱਟੀ ਨਹੀਂ ਦਾ ਰਿਸ਼ਤਾ ਮਾਂ ਹੈ, ਮਾਂ ਤੇ ਸਭ ਤੋਂ ਸੋਹਣਾ ਨਾ ਹੈ, ਮਾਂ ਤੇ ਸਭ ਤੋਂ ਸੋਹਣਾ ਨਾ ਹੈ। ਸੋ ਥੈਂਕ ਯੂ ਜੀ।